कलयुग दा अजिहा समा आ गया है कि औलाद नू अपने मां प्यो नालों ज्यादा जायदाद प्यारी हो गई है। उही मापे जो अपने बच्चियां लई अपनी सारी जिंदगी कुर्बान कर दिंदे ने, ते उही बच्चे बुढ़ापे विच मां प्यो नू जायदाद लई दर दर दियां ठोकरां खाण लई मजबूर कर दिंदे ने। वीडियो शुरू करन तो पहला जरा तुसी इस बुजुर्ग औरत दी कहानी सुनो। ਉਹਨਾਂ ਦੋਵਾਂ ਨੇ ਜ਼ਮੀਨ ਜਿਹੜੀ ਆ ਉਹ ਧੋਖੇ ਨਾਲ ਮੇਥੋਂ ਨਾ ਲਵਾ ਲਈ ਆ, ਉਹ ਆਪ ਪੂਰੇ ਹੋ ਗਏ ਆ। ਮੈਨੂੰ ਠੇਕਾ ਵੱਧਾ ਸੀ ਉਹ ਨਹੀਂ ਦਿੰਦੇ। ਜੇ ਕੋਈ ਮੇਰਾ ਭੈਣ ਭਰਾ ਜਾਂ ਕੁੜੀ ਮੁੰਡਾ ਜਾਂ ਕੋਈ ਵੀ ਜਿਹੜਾ ਲਾਗੋ ਆਂਢ ਗੁਆਂਢ ਮੇਰੀ ਮਦਦ ਕਰਦੇ ਆ ਤੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਤੇ ਮੈਨੂੰ ਵੀ ਧਮਕੀਆਂ ਦਿੰਦੇ ਵੀ ਇੱਥੋਂ ਸਮਾਨ ਕੱਢ ਕੇ ਤੇ ਚਲੀ ਜਾ। ਮੇਰੀ ਕੋਈ ਕਿਤੇ ਵਾਹ ਨਹੀਂ ਗੀ ਚੱਲਦੀ, ਨਾ ਮੈਂ ਪੁਲਿਸ ਵਾਹ ਕੋਈ ਮੇਰੀ ਸੁਣਦਾ, ਨਾ ਕੋਈ ਪਿੰਡ ਦਾ ਹੀ ਸੁਣਦਾ, ਨਾ ਸਰਪੰਚ ਮੈਂਬਰ ਕਿਸੇ ਨੇ ਮੇਰੀ ਸੁਣ। ਤੁਸੀਂ ਸੁਣੀ ਇਸ ਬਜ਼ੁਰਗ ਔਰਤ ਦੀ ਕਹਾਣੀ ਜਿੱਥੇ ਉਸੀ ਦੇ ਦੋਵੇਂ ਬੱਚਿਆਂ ਨੇ ਉਸ ਦੀ ਜ਼ਮੀਨ ਖੋ ਲਈ ਤੇ ਹੁਣ ਉਹ ਮਦਦ ਦੀ ਗੁਹਾਰ ਲਗਾ ਰਹੀ ਹੈ। ਬਜ਼ੁਰਗ ਔਰਤ ਨੂੰ ਉਸ ਦੇ ਬੱਚਿਆਂ ਨੇ ਇਸ ਹੱਦ ਤੱਕ ਤੰਗ ਕਰ ਦਿੱਤਾ ਕਿ ਉਸ ਨੂੰ ਆਪਣਾ ਦੁੱਖ ਦੱਸਣ ਲਈ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਵਾਇਰਲ ਕਰਨੀ ਪਈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਇਸ ਬਾਰੇ ਮਾਤਾ ਤੇ ਪੁੱਤਰ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਆਪਣੀ ਮਾਤਾ ਉੱਤੇ ਹੀ ਉਲਟੇ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ। ਲੱਖ ਰੁਪਈਆ ਉਸ ਵਾਰੀ ਜੋ ਠੇਕਾ ਲੈ ਕੇ ਜਾਂਦੀ ਸੀ ਉਸ ਪੈਸੇ ਦਾ ਸਾਨੂੰ ਨਹੀਂ ਪਤਾ ਕਿ ਅੱਜ ਤੱਕ ਉਹ ਕਿੱਥੇ ਗਿਆ। ਪਿਛਲੇ ਸਾਲ ਬਾਪੂ ਮਰਨ ਤੋਂ ਬਾਅਦ ਜਿਹੜੀ ਆ ਕੇ ਪੈਲੀ ਮੇਰੇ ਕੋਲ ਤਿਉਹਾਰ ਨਹੀਂ ਸੀ, ਮੈਂ ਤਾਂ ਹੁਣ ਗਿਆ ਉੱਥੇ, ਹੁਣ ਜਾ ਕੇ ਮੈਂ ਪਾਣੀ ਬੀਜਣ ਲੱਗਾ ਤੇ ਮੈਨੂੰ ਕਹਿੰਦੇ ਤੇਰੀਆਂ ਲੱਤਾਂ ਤੋੜ ਦੇਣੀਆਂ ਜੇ ਤੂੰ ਇੱਥੇ ਪਾਣੀ ਬੀਜਣ ਆਇਆ, ਜਾਂ ਅਸੀਂ ਜਿਹੜਾ ਕਿ ਮੀਡੀਆ ਛੱਡ ਕੇ ਤੇ ਅਸੀਂ ਤੁਹਾਡੀ ਜਿਹੜੀ ਬੇਇੱਜ਼ਤੀ ਕਰਨੀ ਅਸੀਂ ਤੁਹਾਨੂੰ ਇੱਥੇ ਵੜ ਨਹੀਂ ਦੇਣਾ, ਨਹੀਂ ਤੇ ਮੈਨੂੰ ਪੈਸੇ ਦਿਓ। ਆਦਮੀ ਮੇਰਾ 2 ਸਾਲ ਲੰਮਾ ਪਿਆ ਰਿਹਾ, ਕਿਸੇ ਪੁੱਤ ਨੇ ਤੇ ਪੈਸਾ ਨਹੀਂ ਉੱਤੇ ਲਾਇਆ, ਕਿਸੇ ਪੁੱਤ ਨੇ ਉਹਦੀ ਸੇਵਾ ਨਹੀਂ ਕੀਤੀ, ਕਿਸੇ ਪੁੱਤ ਨੇ ਉਹਨੂੰ ਪੁੱਛ ਕੇ ਨਹੀਂ ਵੇਖਿਆ ਤੇ ਜ਼ਮੀਨ ਜਿਹੜੀ ਉਹ ਸਾਂਭ ਕੇ ਬਹਿ ਗਏ 2-2, 3-3 ਕਿੱਲੇ ਉਹ ਕਾਹਦੀ ਵਾਸਤੇ ਸਾਂਭ ਕੇ। ਮੈਨੂੰ ਮੇਰੀ ਇੰਨੀ ਮਿਹਰਬਾਨੀ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਬਸ ਮੇਰੀ ਮਦਦ ਜਿੱਥੇ ਤੁਸੀਂ ਕਰ ਸਕਦੇ ਹੋ ਕਰ ਲਓ, ਮੈਨੂੰ ਖਰਚਾ ਦਵਾ ਦਿਓ। ਜੇ ਤੁਸੀਂ ਆਖੋ ਵੀ ਰੋਟੀ ਮੈਂ ਉਹਨਾਂ ਦੇ ਨਾਲ ਰੋਟੀ ਨਹੀਂ ਹੁਣ ਖਾਂਦੀ, ਉਹਨਾਂ ਨੂੰ ਉਹਨਾਂ ਕੋਲ ਮੈਨੂੰ 24 ਘੰਟੇ ਖਤਰਾ ਵਾ। ਗੱਲਬਾਤ ਕਰਦਿਆਂ ਮਾਤਾ ਨੇ ਦੱਸਿਆ ਕਿ ਮੇਰੇ 4 ਬੱਚੇ ਹਨ ਜਿਨ੍ਹਾਂ ਵਿੱਚ 2 ਪੁੱਤਰ ਅਤੇ 2 ਧੀਆਂ ਹਨ। ਮੇਰੇ ਘਰ ਵਾਲੇ ਦੀ 1 ਸਾਲ ਪਹਿਲਾਂ ਮੌਤ ਹੋ ਗਈ ਸੀ, ਉਸ ਤੋਂ ਬਾਅਦ ਮੇਰੇ ਪੁੱਤਰਾਂ ਵੱਲੋਂ ਧੋਖੇ ਨਾਲ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ। ਜਦੋਂ ਮੈਂ ਆਪਣੇ ਬੱਚਿਆਂ ਕੋਲੋਂ ਖਰਚਾ ਮੰਗਿਆ ਤਾਂ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਦੁਖੀ ਹੋ ਕੇ ਮੈਂ ਆਪਣੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ। ਗੁਰਦਾਸਪੁਰ ਤੋਂ ਪਰਮਵੀਰ ਰਿਸ਼ੀ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ।